ਸਾਥੀਓ, ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਜੇਕਰ ਅੱਜ ਦੀ ਮੀਟਿੰਗ 'ਚ ਸਾਡਾ ਕੋਈ ਪੁਖਤਾ ਹੱਲ ਨਹੀਂ ਹੋਇਆ ਤਾਂ ਅਸੀਂ ਆਪਣੀ ਜਾਨ ਦੀ ਪਰਵਾਹ ਨਹੀਂ ਕਰਾਂਗੇ। ਅਸੀਂ ਇਸ ਟਾਈਮ DPI ਦੀ ਬਿਲਡਿੰਗ ਦੇ ਉੱਤੇ ਹਾਂ। ਜੇਕਰ ਸਾਡੇ ਨਾਲ ਕੋਈ ਧੱਕਾਸ਼ਾਹੀ ਹੁੰਦੀ ਹੈ ਉਹ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸਾਥੀਓ, ਮੈਂ ਗੁਰਸੇਵ ਸਿੰਘ ਸੰਗਰੂਰ, ਮੇਰੇ ਨਾਲ ਸਾਥੀ ਰਾਜਵਿੰਦਰ ਸਿੰਘ ਜਲਾਲਾਬਾਦ, ET 2364 ਸਿਲੈਕਟਡ ਉਮੀਦਵਾਰ। ਅਸੀਂ ਸਰਕਾਰ ਤੋਂ ਤੰਗ ਆ ਕੇ, ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਅੱਜ DPI ਆਫਿਸ ਦੀ ਬਿਲਡਿੰਗ ਉੱਤੇ ਚੜ੍ਹ ਗਏ ਹਾਂ। ਨਾਲ ਹੀ ਅਸੀਂ ਕਮੇਟੀ ਤੋਂ ਦੁਖੀ ਸੀ ਕਿਉਂਕਿ ਸਰਕਾਰ ਮੀਟਿੰਗਾਂ 'ਤੇ ਮੀਟਿੰਗਾਂ ਦੇ ਰਹੀ ਸੀ ਅਤੇ ਕਮੇਟੀ ਮੀਟਿੰਗ 'ਚ ਜਾ ਕੇ ਲਾਰਾ ਲੈ ਕੇ ਮੁੜ ਆਉਂਦੀ ਸੀ। ਅੱਜ 1 ਮਹੀਨਾ 3 ਦਿਨ ਹੋ ਗਏ ਨੇ ਸਾਡੀ ਫਾਈਨਲ ਸਿਲੈਕਸ਼ਨ ਲਿਸਟ ਆਈ ਨੂੰ, ਪਰ ਅਜੇ ਤੱਕ ਸਾਨੂੰ ਸਟੇਸ਼ਨ ਚੁਆਇਸ ਕਰਾ ਕੇ ਜੁਆਇਨ ਨਹੀਂ ਕਰਾਇਆ ਗਿਆ। ਸਾਥੀਓ, ਅਸੀਂ ਦੱਸ ਦੇਣਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ, ਪ੍ਰਸ਼ਾਸਨ ਨੂੰ, ਇੱਥੇ ਸਾਡੇ ਬੈਠਿਆਂ ਨਾਲ ਜੇਕਰ ਕੋਈ ਧੱਕਾ ਹੁੰਦਾ ਹੈ ਤਾਂ ਸਾਡੀ ਜਾਨੀ ਮਾਲੀ ਨੁਕਸਾਨ ਦਾ ਜ਼ਿੰਮੇਵਾਰ ਪੰਜਾਬ ਸਰਕਾਰ, ਸਿੱਖਿਆ ਮੰਤਰੀ, ਸਿੱਖਿਆ ਸੈਕਟਰੀ, DPI ਅਤੇ ਪੁਲਿਸ ਪ੍ਰਸ਼ਾਸਨ ਹੋਵੇਗਾ। ਸਾਡੇ ਨਾਲ ਕਿਸੇ ਤਰ੍ਹਾਂ ਵੀ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਆਪਣੀ ਜਾਨ ਦੀ ਬਾਜ਼ੀ ਲਾਉਣ ਦੀ ਪਰਵਾਹ ਨਹੀਂ ਕਰਾਂਗੇ। ਸਾਥੀਓ, ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਜੇਕਰ ਅੱਜ ਦੀ ਮੀਟਿੰਗ 'ਚ ਸਾਡਾ ਕੋਈ ਪੁਖਤਾ ਹੱਲ ਨਹੀਂ ਹੋਇਆ ਤਾਂ ਅਸੀਂ ਆਪਣੀ ਜਾਨ ਦੀ ਪਰਵਾਹ ਨਹੀਂ ਕਰਾਂਗੇ। ਅਸੀਂ ਇਸ ਟਾਈਮ DPI ਦੀ ਬਿਲਡਿੰਗ ਦੇ ਉੱਤੇ ਹਾਂ। ਜੇਕਰ ਸਾਡੇ ਨਾਲ ਕੋਈ ਧੱਕਾਸ਼ਾਹੀ ਹੁੰਦੀ ਹੈ ਉਹ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸਾਥੀਓ, ਮੈਂ ਗੁਰਸੇਵ ਸਿੰਘ ਸੰਗਰੂਰ, ਮੇਰੇ ਨਾਲ ਸਾਥੀ ਰਾਜਵਿੰਦਰ ਸਿੰਘ ਜਲਾਲਾਬਾਦ, ET 2364 ਸਿਲੈਕਟਡ ਉਮੀਦਵਾਰ। ਅਸੀਂ ਸਰਕਾਰ ਤੋਂ ਤੰਗ ਆ ਕੇ, ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਅੱਜ DPI ਆਫਿਸ ਦੀ ਬਿਲਡਿੰਗ ਉੱਤੇ ਚੜ੍ਹ ਗਏ ਹਾਂ। ਨਾਲ ਹੀ ਅਸੀਂ ਕਮੇਟੀ ਤੋਂ ਦੁਖੀ ਸੀ ਕਿਉਂਕਿ ਸਰਕਾਰ ਮੀਟਿੰਗਾਂ 'ਤੇ ਮੀਟਿੰਗਾਂ ਦੇ ਰਹੀ ਸੀ ਅਤੇ ਕਮੇਟੀ ਮੀਟਿੰਗ 'ਚ ਜਾ ਕੇ ਲਾਰਾ ਲੈ ਕੇ ਮੁੜ ਆਉਂਦੀ ਸੀ। ਅੱਜ 1 ਮਹੀਨਾ 3 ਦਿਨ ਹੋ ਗਏ ਨੇ ਸਾਡੀ ਫਾਈਨਲ ਸਿਲੈਕਸ਼ਨ ਲਿਸਟ ਆਈ ਨੂੰ, ਪਰ ਅਜੇ ਤੱਕ ਸਾਨੂੰ ਸਟੇਸ਼ਨ ਚੁਆਇਸ ਕਰਾ ਕੇ ਜੁਆਇਨ ਨਹੀਂ ਕਰਾਇਆ ਗਿਆ। ਸਾਥੀਓ, ਅਸੀਂ ਦੱਸ ਦੇਣਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ, ਪ੍ਰਸ਼ਾਸਨ ਨੂੰ, ਇੱਥੇ ਸਾਡੇ ਬੈਠਿਆਂ ਨਾਲ ਜੇਕਰ ਕੋਈ ਧੱਕਾ ਹੁੰਦਾ ਹੈ ਤਾਂ ਸਾਡੀ ਜਾਨੀ ਮਾਲੀ ਨੁਕਸਾਨ ਦਾ ਜ਼ਿੰਮੇਵਾਰ ਪੰਜਾਬ ਸਰਕਾਰ, ਸਿੱਖਿਆ ਮੰਤਰੀ,
ਸਿੱਖਿਆ ਸੈਕਟਰੀ, DPI ਅਤੇ ਪੁਲਿਸ ਪ੍ਰਸ਼ਾਸਨ ਹੋਵੇਗਾ। ਸਾਡੇ ਨਾਲ ਕਿਸੇ ਤਰ੍ਹਾਂ ਵੀ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਆਪਣੀ ਜਾਨ ਦੀ ਬਾਜ਼ੀ ਲਾਉਣ ਦੀ ਪਰਵਾਹ ਨਹੀਂ ਕਰਾਂਗੇ।